ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਪ੍ਰਿਆ। ਤਾਂ ਵਿਦੇਸ਼ ਤੋਂ ਇੱਕ ਹੋਰ ਮਨਭਾਗੀ ਖਬਰ ਸਾਹਮਣੇ ਆਈ ਹੈ। ਦੱਸ ਦਿੰਦੇ ਹਾਂ ਕਿ ਅਮਰੀਕਾ ਦੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਕਿ ਦਿਲ ਦਾ ਦੌਰਾ ਪੈਣ ਦੇ ਨਾਲ ਉਸਦੀ ਜਾਨ ਗਈ ਹੈ ਅਤੇ ਜਦੋਂ ਇਹ ਖਬਰ ਪਰਿਵਾਰਕ ਮੈਂਬਰਾਂ ਤੱਕ ਪਹੁੰਚਦੀ ਹੈ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ। ਘਰ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿੱਥੇ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਸਥਰ ਵਿਛੇ ਹੋਏ ਨੇ, ਹਰ ਕਿਸੇ ਦੀਆਂ ਅੱਖਾਂ ਨਮ ਨੇ, ਪੂਰਾ ਪਿੰਡ ਹੀ ਸੋਗ ਦੀ ਲਹਿਰ ਦੇ ਵਿੱਚ ਡੁੱਬਿਆ ਹੋਇਆ। ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇਹ ਪੰਜਾਬੀ ਨੌਜਵਾਨ 12.5 ਸਾਲ ਪਹਿਲਾਂ ਜਿਹੜਾ ਅਮਰੀਕਾ ਗਿਆ ਸੀਗਾ ਅਤੇ 3 ਮਹੀਨੇ ਪਹਿਲਾਂ ਹੀ ਇਹ ਪੱਕਾ ਹੋ ਚੁੱਕਿਆ ਸੀ, ਗ੍ਰੀਨ ਕਾਰਡ ਮਿਲ ਚੁੱਕਿਆ ਸੀ ਅਤੇ ਹੁਣ ਇਸ ਵੱਲੋਂ ਆਪਣੇ ਜੱਦੀ ਪਿੰਡ ਪਹੁੰਚਣਾ ਸੀ, ਮਲੇਰਕੋਟਲਾ ਦੇ ਪਿੰਡ ਹੈਦਰ ਪਹੁੰਚਣਾ ਸੀ ਤਾਂ ਕਿ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਸਕੇ। ਪਰ ਉੱਥੇ ਹੀ ਪੀੜਿਤ ਪਰਿਵਾਰ ਵੱਲੋਂ ਕਿਹਾ ਗਿਆ ਕਿ ਹੁਣ ਜਿਵੇਂ ਹੀ ਉਹਨਾਂ ਦਾ ਮੁੰਡਾ ਆਪਣੇ ਘਰ ਪਹੁੰਚਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਵਿਆਹ ਨੂੰ ਲੈ ਕੇ ਗੱਲਬਾਤ ਵੀ ਕਰਨੀ ਸ਼ੁਰੂ ਕਰ ਦੇਣੀ ਸੀਗੀ। ਪਰ ਇਹ ਨਹੀਂ ਸੀ ਪਤਾ ਕਿ ਉਸ ਤੋਂ ਪਹਿਲਾਂ ਹੀ ਇਹ ਮਨਭਾਗੀ ਖਬਰ ਆ ਜਾਵੇਗੀ, ਜਿਸ ਤੋਂ ਬਾਅਦ ਪੂਰੇ ਪਰਿਵਾਰ ਉੱਤੇ ਇਹ ਦੁੱਖਾਂ ਦਾ ਪਹਾੜ ਟੁੱਟ ਜਾਵੇਗਾ। ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਹਰ ਕਿਸੇ ਦੀਆਂ ਅੱਖਾਂ ਜਿਹੜੀਆਂ ਨੇ ਨਮ ਨੇ, ਹਰ ਕੋਈ ਜਿਹੜਾ ਰੋਂਦਾ ਕੁਰਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਅਤੇ ਇਸ ਵਿਚਾਲੇ ਦੱਸਿਆ ਜਾ ਰਿਹਾ ਹੈ ਕਿ ਇਸ ਪੰਜਾਬੀ ਨੌਜਵਾਨ ਦਾ ਨਾਮ ਕੁਲਵੀਰ ਸਿੰਘ ਹੈ, ਜੋ ਕਿ 12.5 ਸਾਲ ਪਹਿਲਾਂ ਅਮਰੀਕਾ ਗਿਆ ਸੀਗਾ ਤਾਂ ਕਿ ਆਪਣੇ ਘਰ ਦੇ ਹਾਲਾਤਾਂ ਨੂੰ ਸੁਧਾਰ ਸਕੇ, ਚੰਗੀ ਸਿੱਖਿਆ ਪ੍ਰਾਪਤ ਕਰ ਸਕੇ। ਤਾਂ ਸਭ ਕੁਝ ਚੰਗਾ ਚੱਲ ਰਿਹਾ ਸੀਗਾ ਤਾਂ ਦੱਸਿਆ ਜਾ ਰਿਹਾ ਕਿ ਇਹ ਅਮਰੀਕਾ ਦੇ ਵਿੱਚ ਟਰੈਕਟਰ ਚਲਾਉਂਦਾ ਸੀਗਾ, ਟਰਾਲਾ ਚਲਾਉਂਦਾ ਸੀਗਾ ਅਤੇ ਜਦੋਂ ਉਸ ਦੌਰਾਨ ਹੀ ਇਸਦੇ ਪੇਟ ਦੇ ਵਿੱਚ ਦਰਦ ਹੁੰਦੀ ਹੈ ਅਤੇ ਪੇਟ ਦੇ ਵਿੱਚ ਦਰਦ ਹੋਣ ਕਰਕੇ ਇਸ ਵੱਲੋਂ ਕਿਸੇ ਨਜ਼ਦੀਕੀ ਦੁਕਾਨ ਦੇ ਵਿੱਚ ਜਾਇਆ ਜਾਂਦਾ ਅਤੇ ਉੱਥੇ ਜਦੋਂ ਵਾਸ਼ਰੂਮ ਜਾਂਦਾ ਹੈ ਤਾਂ ਉਸ ਦੌਰਾਨ ਹੀ ਉਸਨੂੰ ਹਾਰਟ ਅਟੈਕ ਆ ਜਾਂਦਾ, ਜਿਸ ਦੌਰਾਨ ਮੌਕੇ ਉੱਤੇ ਹੀ ਉਸਦੀ ਮੌਤ ਹੋ ਜਾਂਦੀ ਹੈ। ਇਸਦਾ ਪਤਾ ਉਸ ਸਮੇਂ ਲੱਗਦਾ ਹੈ ਜਦੋਂ ਨੇੜਲੇ ਰਿਸ਼ਤੇਦਾਰ ਵੱਲੋਂ ਉਸਦੇ ਟਰੈਕਟਰ ਨੂੰ ਚੈੱਕ ਕੀਤਾ ਜਾਂਦਾ, ਉਸਦੇ ਟਰਾਲੇ ਨੂੰ ਚੈੱਕ ਕੀਤਾ ਜਾਂਦਾ, ਜਿਸ ਦੇ ਵਿੱਚ ਇੱਕ ID ਕਾਰਡ ਮਿਲਦਾ, ਜਿਸ ਤੋਂ ਬਾਅਦ ਇਸ ਜਾਣਕਾਰੀ ਜਿਹੜੀ ਹੈ ਪਰਿਵਾਰ ਤੱਕ ਪਹੁੰਚਾਈ ਜਾਂਦੀ ਹੈ ਅਤੇ ਜਦੋਂ ਪਰਿਵਾਰਕ ਮੈਂਬਰਾਂ ਤੱਕ ਜਾਣਕਾਰੀ ਮਿਲਦੀ ਹੈ ਤਾਂ ਉਸ ਤੋਂ ਬਾਅਦ ਦੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦਾ ਕੀ ਹਾਲ ਹੈ। ਤਾਂ ਦੱਸਿਆ ਜਾ ਰਿਹਾ ਹੈ ਕਿ ਕੁਲਵੀਰ ਸਿੰਘ ਦਾ ਜਿਹੜਾ ਭਰਾ ਇੱਕ ਕੈਨੇਡਾ ਦੇ ਵਿੱਚ ਰਹਿੰਦਾ ਹੈ ਅਤੇ ਆਪ ਇਹ ਅਮਰੀਕਾ ਦੇ ਵਿੱਚ ਰਹਿ ਰਹੇ ਸੀ, ਪਰ ਉੱਥੇ ਹੀ ਇਹ ਮਨਭਾਗਾ ਭਾਣਾ ਉਸਦੇ ਨਾਲ ਵਾਪਰ ਜਾਂਦਾ ਅਤੇ ਪੂਰੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ। ਇਸ ਪੂਰੇ ਮਾਮਲੇ ਨੂੰ ਲੈ ਕੇ ਇਸ ਸੋਗ ਦੀ ਲਹਿਰ ਦੇ ਵਿੱਚ ਡੁੱਬੇ ਹੋਏ ਪੀੜਿਤ ਪਰਿਵਾਰਾਂ ਦਾ ਕੀ ਕੁਝ ਕਹਿਣਾ ਸੁਣ ਲੈ। ਸਰ ਕੀ ਨਾਮ ਜੀ ਆਪਣਾ? ਮੈਂ ਬਲਵੀਰ ਸਿੰਘ, ਨੰਬਰਦਾਰ ਜੀ, ਪਿੰਡ ਹੈਦਰਨਗਰ। ਜਿਹੜਾ ਬੇਟਾ ਕੁਲਵੀਰ ਜਿਨ੍ਹਾਂ ਦੀ ਮੌਤ ਹੋਈ ਆ, ਉਹਨਾਂ ਤੁਹਾਡਾ ਉਹਨਾਂ ਨਾਲ ਆਪਣਾ ਕੀ ਰਿਸ਼ਤਾ ਸੀ? ਸਾਡੇ ਜੀ ਤਾਇਆ ਜੀ ਦਾ ਪੋਤਾ ਹੀ ਸੀਗਾ। ਠੀਕ ਹੈ ਜੀ, ਤੇ ਬਹੁਤ ਮੰਦਭਾਗੀ ਘਟਨਾ ਜਿਹੜੀ ਵਾਪਰੀ ਆ, ਕੀ ਕਾਰਨ ਮੰਨਦੇ ਜਿਹੜੇ ਆਪਣੇ ਨੌਜਵਾਨਾਂ ਦੇ ਨਾਲ ਜਿਹੜਾ ਹੈਗਾ ਬਾਹਰ ਫੋਰਨ ਦੇ ਵਿੱਚ ਬਹੁਤ ਮਾੜੀਆਂ ਘਟਨਾਵਾਂ ਵਾਪਰਦੀਆਂ, ਜਿਵੇਂ ਕਿ ਆਪਣੇ ਜ਼ਿਲ੍ਹੇ ਦੀ ਹੁਣ ਇਹ 6ਵੀਂ ਘਟਨਾ ਹੈਗੀ 1 ਮਿੰਟ ਦੇ ਵਿੱਚ। ਹਾਂਜੀ, ਕੀ ਕਾਰਨ ਮੰਨਦੇ ਤੁਸੀਂ ਇਹ ਚੀਜ਼ਾਂ ਨੂੰ? ਕਾਰਨ ਵੈਸੇ ਜੀ ਤਾਂ ਨੋਰਮਲ ਸੀ, ਹਫ਼ਤਾ ਪਹਿਲਾਂ ਇਹਦੀ ਮੈਡੀਕਲ ਰਿਪੋਰਟ ਆਈ ਹੈ, ਉਹਦੇ ਵਿੱਚ ਕੋਈ ਬਿਮਾਰੀ ਤਾਂ ਆਈ ਨਹੀਂ। ਹਾਂਜੀ, ਤੇ ਬਿਲਕੁਲ ਠੀਕ ਸੀਗਾ, ਖੁਸ਼ ਸੀਗਾ, ਇਹ ਅਚਾਨਕ ਹੀ ਹੋਇਆ ਜੀ। ਕੀ ਪਹਿਲਾਂ ਕਦੇ ਉਸਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਵੀ ਮੈਨੂੰ ਕੋਈ ਪ੍ਰੋਬਲਮ ਹੈਗੀ ਆ, ਮੈਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਹੈਗੀ ਵੀ ਜਿਹਦੇ ਕਾਰਨ ਮੈਨੂੰ ਪਰੇਸ਼ਾਨੀ ਆਉਂਦੀ ਹੈ? ਨਹੀਂ ਜੀ, ਇਸ ਹੁਣ ਤਾਂ ਨਹੀਂ ਹੋਇਆ, 1.5 ਸਾਲ ਪਹਿਲਾਂ ਹੋਇਆ ਸੀ, ਉਦੋਂ ਹਫ਼ਤਾ ਕੁ ਢਿੱਲਾ ਰਿਹਾ ਸੀ ਤੇ ਉਸ ਤੋਂ ਬਾਅਦ ਕੋਈ ਨਹੀਂ, ਨੋਰਮਲ ਸੀ। ਉਹਦੀ ਮੈਡੀਸਨ ਵਗੈਰਾ ਬਾਹਰੋਂ ਚੱਲਦੀ ਸੀ ਕਿ ਜਾਂ ਇਧਰੋਂ ਮੰਗਵਾ ਕੇ ਉਪਲਬਧ ਕਰਾਈ ਜਾਂਦੀ ਸੀ ਉਸਨੂੰ? ਮੈਡੀਸਨ ਤਾਂ ਜੀ ਲੋੜ ਹੀ ਨਹੀਂ ਨਾ ਪਈ ਨਾ, ਉਧਰੋਂ ਹੀ ਲੈਂਦੇ ਸੀ ਜੇ ਕੋਈ ਲੋੜ ਹੈਗੀ ਸੀ ਤਾਂ, ਇਧਰੋਂ ਤਾਂ ਕੋਈ ਭੇਜੀ ਨਹੀਂ ਕਦੇ। ਸਰ ਕੀ ਨਾਮ ਕੀ ਹੈ ਜੀ ਆਪਣਾ? ਗੁਰਵਿੰਦਰ ਸਿੰਘ। ਕਿਹੜਾ ਪਿੰਡ ਹੈ ਜਿੱਥੇ ਆਪਾਂ ਖੜੇ ਹਾਂ?
ਇਹ ਪਿੰਡ ਹਥੂਈ ਜੀ ਹੈਦਰਨਗਰ ਵੀ ਕਹਿੰਦੇ ਹਨ। ਇੱਥੇ ਕੀ ਗੱਲ ਹੋਇਆ ਜੀ, ਇੱਥੇ ਆਪਾਂ ਇਕੱਠੇ ਹੋਏ ਹਾਂ ਅੱਜ, ਇੱਥੇ ਕੀ ਗੱਲ ਹੋਈ? ਇਹ ਬੇਟਾ ਸੀਗਾ ਜੀ, ਤਕਰੀਬਨ 12 ਸਾਲ ਤੋਂ 12.5 ਸਾਲ ਤੋਂ ਗਿਆ ਸੀ ਅਮਰੀਕਾ। ਹਾਂਜੀ ਹਾਂਜੀ। ਕੀ ਨਾਂ ਸੀ ਬੇਟੇ ਦਾ ਜੀ? ਕੁਲਵੀਰ ਸਿੰਘ। ਕਿਹੜੀ ਜਗ੍ਹਾ ਗਿਆ ਸੀ ਬੇਟਾ? ਅਮਰੀਕਾ ਜੀ। ਅਮਰੀਕਾ ਗਿਆ ਸੀਗਾ, 12-12.5 ਸਾਲ ਹੋ ਗਏ ਬਾਹਰ ਗਏ ਨੂੰ। ਹਾਂਜੀ। ਉੱਥੇ ਕੀ ਕੰਮ ਕਰਦੇ ਸੀ ਅਮਰੀਕਾ ਦੇ ਵਿੱਚ? ਉੱਥੇ ਟਰੱਕ ਚਲਾਉਂਦਾ ਸੀਗਾ ਜੀ। ਅੱਛਾ ਜੀ। ਕੀ ਕਾਰਨ ਹੋਇਆ ਜਿਹਦੇ ਉਹਨਾਂ ਦੀ ਮੌਤ ਹੋਈ ਅਚਾਨਕ, ਉਹਦਾ ਕੀ ਕਾਰਨ ਹੋਇਆ ਜਿਹੜਾ ਪਤਾ ਲੱਗਿਆ ਹੋਊਗਾ ਆਪਾਂ ਨੂੰ? ਕਾਰਨ ਤਾਂ ਜੀ ਅਸਲ ਵਿੱਚ ਬਿਮਾਰੀ ਦਾ ਕੋਈ ਵੀ ਨਹੀਂ ਸੀ ਉਹਨੂੰ, ਬੱਚੇ ਨੂੰ ਨਾ ਕੋਈ ਨਸ਼ਾ ਵਗੈਰਾ ਕਰਦਾ ਸੀ, ਕਿਉਂਕਿ ਮੈਂ ਵੀ ਕੈਨੇਡਾ ਤੋਂ ਆਇਆ। ਹਾਂਜੀ। ਮੈਂ ਉੱਥੇ ਗਿਆ ਸੀ 5 ਤਰੀਕ ਨੂੰ, ਸਮੇਂ ਮੇਰੀ ਬੇਟੀ ਨੂੰ ਫੋਨ ਆਇਆ ਉਧਰੋਂ, ਇਹਨਾਂ ਦੇ ਮਾਮਾ ਜੀ ਦਾ, ਠੀਕ ਹੈ ਜੀ, ਉਧਰੋਂ। ਹਾਂਜੀ। ਕਹਿੰਦੇ ਵੀ ਐਂ ਗੱਲ ਹੋ ਗਈ। ਹਾਂਜੀ। ਤੇ ਉਹਨੇ ਲਾਸਟ ਫੋਨ ਉਹਦਾ ਦੋਸਤ ਦਾ ਮੁੰਡਾ ਉਹਨੂੰ ਕੀਤਾ, ਠੀਕ ਹੈ ਜੀ, ਉਹਨੂੰ ਫੋਨ ਕਰਕੇ ਕਹਿੰਦਾ ਵੀ ਮੇਰੇ ਪੇਟ 'ਚ ਦਰਦ ਹੋ ਰਿਹਾ ਜੀ। ਉਹ ਕਹਿੰਦਾ ਵੀ ਤੂੰ ਕਈ ਵਾਰੀ ਆਉਂਦਾ ਵੀ ਕੋਈ ਆਪਾਂ ਨੂੰ ਪੇਟ ਦੀ ਪ੍ਰੋਬਲਮ, ਵੈਸੇ ਮੋਸ਼ਨ ਵਗੈਰਾ ਜਾਂ ਹੋਰ ਕਿਸੇ ਕਿਸਮ ਦੀ ਹੋ ਜਾਂਦੀ ਆ। ਹਾਂਜੀ। ਵੀ ਉਹਦੇ ਕਰਕੇ ਵੀ ਤੂੰ ਐਂ ਕਰ, ਗੱਡੀ ਸਾਈਡ 'ਤੇ ਲਾ ਅਤੇ ਮਾੜਾ ਵਾਸ਼ਰੂਮ ਵਗੈਰਾ ਜਾ ਕੇ। ਹਾਂਜੀ। ਇਹ ਗੈਸ ਜਿੱਥੇ ਰਹਿੰਦੇ ਉਹ 2500-2600 ਕਿਲੋਮੀਟਰ ਅੱਗੇ ਗਿਆ ਸੀ ਟਰੱਕ ਲੈ ਕੇ। ਠੀਕ ਹੈ ਜੀ। ਬਿਲਕੁਲ ਨੋਰਮਲ ਸੀ, ਕੋਈ ਐਸੀ ਪ੍ਰੋਬਲਮ ਨਹੀਂ ਸੀ। ਅਤੇ ਉੱਥੇ ਜਾ ਕੇ ਇਹਨੇ ਗੱਡੀ ਪੰਪ 'ਤੇ ਖੜਾਈ ਆ, ਪੰਪ 'ਤੇ ਖੜਾ ਕੇ ਜਦੋਂ ਅੰਦਰ ਵਾਸ਼ਰੂਮ ਗਿਆ, ਉੱਥੇ ਜਾ ਕੇ ਇਹਨੂੰ ਚੱਕਰ ਆਇਆ ਬਸ ਉੱਥੇ। ਜੀ। ਉਹਨੂੰ ਦੱਸਿਆ ਵੀ ਕਹਿੰਦਾ ਮੇਰੇ ਪੇਟ 'ਚ ਦਰਦ ਹੋ ਰਿਹਾ, ਜਦੋਂ ਬਸ ਉੱਥੇ ਭਾਵ ਉੱਥੇ ਗਿਆ ਪਿਆ। ਓਕੇ। ਫਿਰ ਕਿਵੇਂ ਪਤਾ ਲੱਗਿਆ ਪਰਿਵਾਰਕ ਮੈਂਬਰਾਂ ਨੂੰ ਵੀ ਜਿਹੜਾ ਆਹ ਭਾਣਾ ਵਾਪਰ ਚੁੱਕਿਆ ਉਸ ਬੇਟੇ ਨਾਲ? ਪਰਿਵਾਰਕ ਮੈਂਬਰਾਂ ਨੂੰ ਜੀ, ਉੱਥੇ ਸਾਡੀ ਇਹਦਾ ਬੇਟੇ ਦਾ ਮਾਮਾ ਜੀ ਆ। ਹਾਂਜੀ। ਮੇਰੇ ਜਵਾਈ ਦਾ ਉਹ ਕੋਲੇ ਸੀ, ਉਹਨੂੰ ਫਿਰ ਉਹਨੇ ਜਦੋਂ ਉਹਦਾ ਆਈ ਕਾਰਡ ਵਗੈਰਾ ਉਹਦੇ ਵਿੱਚੋਂ ਕੱਢਿਆ ਟਰੱਕ ਦੇ ਵਿੱਚੋਂ, ਉਹਨਾਂ ਨੂੰ ਫੋਨ ਕੀਤਾ, ਉਹਨੇ ਫਿਰ ਮਤਲਬ ਮੇਰੀ ਬੇਟੀ ਨੂੰ ਫੋਨ ਕੀਤਾ। ਬੱਚੇ ਸਾਡੇ ਬੱਚੇ ਕੈਨੇਡਾ ਬੈਠੇ। ਹਾਂਜੀ ਹਾਂਜੀ। ਬੇਟੀ ਨੂੰ ਫੋਨ ਆਇਆ, ਬੇਟੀ ਨੇ ਫਿਰ ਮੈਨੂੰ ਫੋਨ ਕੀਤਾ, ਪਾਪਾ ਆਹ ਗੱਲ ਹੋ ਗਈ। ਫਿਰ ਅਸੀਂ ਇੱਥੇ ਫੋਨ ਕੀਤੇ ਘਰੇ। ਕੀ ਕੁਲਵੀਰ ਸਿੰਘ ਵਿਆਹੇ ਹੋਏ ਸੀਗੇ? ਨਹੀਂ ਜੀ, ਅਨਮੈਰਿਡ ਸੀਗੇ ਜੀ। ਅੱਗੇ ਉਹਨੇ ਜਨਵਰੀ ਦੇ ਵਿੱਚ ਆਉਣਾ ਸੀਗਾ ਜੀ, 30 ਸਾਲ ਦੇ ਹੋਏ, 31 ਮਾਹ ਲੱਗ ਰਿਹਾ ਸੀ ਹੁਣ, ਬਸ ਅੱਗੇ ਬਸ ਮੈਰਿਜ ਬਾਰੇ ਵਿਚਾਰ ਚੱਲ ਰਿਹਾ ਸੀ, ਕਿਉਂਕਿ ਮੈਰਿਜ ਕਰਨੀ ਸੀ। ਕੁਲਵੀਰ ਸਿੰਘ ਦੇ ਬ੍ਰਦਰ ਵੀ ਬਾਹਰ ਹੀ ਨੇ ਜੀ? ਉਹ ਵੀ ਬ੍ਰਦਰ ਆ। ਕਿਹੜੀ ਕੰਟਰੀ 'ਚ ਨੇ? ਉਹ ਵੀ ਕੈਨੇਡਾ ਜੀ। ਕੁਲਵੀਰ ਸਿੰਘ ਸੁਣ ਚ ਆਵੇ PR ਵੀ ਹੋ ਚੁੱਕੇ ਸੀ ਇਹਨਾਂ? ਉਹਨੂੰ 4-3.5 ਮਹੀਨੇ ਹੋਏ ਸੀਗੇ ਜੀ, ਗ੍ਰੀਨ ਕਾਰਡ ਮਿਲ ਗਿਆ ਸੀਗਾ ਜੀ। ਜੀ। ਹੁਣ ਗ੍ਰੀਨ ਕਾਰਡ ਮੇਰੇ ਤੋਂ ਬਾਅਦ ਹੁਣ ਇਸ ਕਰਕੇ ਉਹਨੇ ਆਉਣਾ ਸੀਗਾ ਵੀ ਚਲੋ ਮਾਂ ਬਾਪ ਨੂੰ ਮਿਲਿਆ ਮਾਂ। ਠੀਕ ਹੈ ਜੀ।